ਲੱਗਦਾ ਕਾਫੀ ਟਾਈਮ ਹੋ ਗਿਆ ਮੈਨੂੰ ਯੂਟਿਊਬ ਤੇ ਵੀਡੀਓ ਅਪਲੋਡ ਕੀਤੇ ਆ ਕੀ ਕਰੀਏ ਬਿਜ਼ੀ ਬੋ ਸੀ ਯਾਰ ਆਪਾਂ ਕਦੀ ਯੂਟਿਊਬ ਵੀਡੀਓਸ ਦੇਖਣ ਚ ਤੇ ਕਦੀ ਸੌਣ ਚ ਤਾਂ ਮੈਂ ਸੋਚਿਆ ਕਿਤੇ ਟਰੈਵਲ ਕੀਤਾ ਜਾਵੇ ਨਾਲ ਧਨ ਵੀ ਲੈ ਕੇ ਚੱਲੀਏ ਫਿਲਹਾਲ ਟਾਈਮ ਹੋ ਰਿਹਾ ਆ 3:30 ਤੇ ਮੇਰੇ ਨਾਲ ਜਾ ਰਹੇ ਆ ਮੇਰੇ ਦੋ ਦੋਸਤ ਚਲੋ ਫਿਰ ਮਿਲਾਂਦੇ ਆ ਤੁਹਾਨੂੰ ਉਹਨਾਂ ਨਾਲ ਵੀ ਮੇਰੇ ਨਾਲ ਜਾ ਰਹੇ ਨੇ ਆਪਣਾ ਸਨਾ ਜੀ ਤੇ ਦਾਨਵੀਰ ਭਾਜੀ ਤੁਸੀਂ ਗੈਸ ਕਰਨਾ ਹੈ ਆਪਾਂ ਕਿੱਥੇ ਜਾ ਰਹੇ ਆ ਥੋੜਾ ਲੋਕੇਸ਼ਨ ਹਾਈਵੇ ਤੇ ਦਿਖਾ ਦਿੰਦਾ ਮੈਂ ਕਿਹੜੇ ਹਾਈਵੇ ਤੇ ਆ ਫਿਲਹਾਲ ਤੇ ਮੈਂ ਪਠਾਨਕੋਟ ਵਾਲੇ ਹਾਈਵੇ ਤੇ ਆ ਤੇ ਤੁਸੀਂ ਗੈਸ ਕਰ ਸਕਦੇ ਹੋ ਕਿ ਕਿੱਥੇ ਜਾ ਰਹੇ ਆ ਆਪਾਂ ਜਿਹੜੇ ਜਿਹੜੇ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਦੇ ਆ ਉਹਨਾਂ ਨੂੰ ਤੇ ਪਤਾ ਹੀ ਹੋਣਾ ਕਿ ਮੇਰਾ ਸੈਕਿੰਡ ਹੋਮ ਕਿੱਥੇ ਆ ਜਿਨ੍ਹਾਂ ਨੇ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਜਾ ਕੇ ਕਰੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਮਜ਼ਾ ਆਉਣ ਵਾਲਾ ਆ ਤੇ ਸਾਰੀ ਵੀਡੀਓ ਜ਼ਰੂਰ ਦੇਖਣਾ ਐਂਡ ਤੱਕ ਔਰ ਡੂ ਸਬਸਕ੍ਰਾਈਬ ਬਸ ਪਾਪਾ ਕੋ ਪੜਿਆ ਦਾ ਯਾ ਮਾਰੋ ਖਾਣੇ ਪੀਣੇ ਨਹੀਂ ਲੈ ਕੇ ਚੱਲਾ ਕੋਈ ਕੁਝ ਪਤਾ ਹੁੰਦਾ ਹੈ ਜਗਾ ਹਾਂ ਪਾਪਾ ਨੂੰ ਵੇਖੋ ਕਿੱਦਾਂ ਪੜਿਆ ਦਾ ਆ ਜਿੱਦਾਂ ਕੋ ਲੈਣਾ ਹੁੰਦਾ ਮੈਂ ਤੇ ਆ ਸਮਾਨ ਇੰਨਾ ਬੜਾ ਲੈ ਲਿਆ ਨਹੀਂ ਆਪਾਂ ਨਹੀਂ ਵੈਸ਼ਨੋ ਤੇ ਵੀ ਚੱਲੇ ਇੰਨਾ ਸਮਾਨ ਲੈ ਲਿਆ ਯਾਰ ਭੁੱਖ ਲੱਗ ਸਕਦੀ ਹੈ ਨਾ ਕਦੋਂ ਵੀ ਸਾਰਾ ਆਪਣਾ ਬੈਕਅਪ ਰੱਖਣਾ ਚਾਹੀਦਾ ਹੈ ਅੱਛਾ ਜੇ ਭੁੱਖ ਲੱਗ ਜੇ ਕਿੰਨਾ ਪੋਚਿਆ ਠੀਕ ਠੀਕ ਆ ਲੇਸ ਚਾਕਲੇਟ ਪੀਨਟ ਕਿੱਥੇ ਕੇ ਪਹੁੰਚ ਗਏ ਆਪਾਂ ਪਠਾਨਕੋਟ ਲੱਗੇ ਪਠਾਨਕੋਟ ਲੱਗੇ ਪਹੁੰਚ ਗਏ ਪਰ ਦੱਸਣਾ ਨਹੀਂ ਆ ਆਪਾਂ ਕਿੱਥੇ ਚੱਲੇ ਆ ਹਾਂ ਲਓ ਜੀ ਹਿਮਾਚਲ ਦਾ ਬਾਰਡਰ ਕਲੋਸ ਕਰਨ ਗਿਆ ਹੁਣ ਆਪਾਂ ਖਲੋਤੇ ਇੱਥੇ ਫਾਟਕ ਲੱਗਾ ਦਾ ਆ ਟ੍ਰੇਨ ਵੈਸੇ ਆ ਰਹੀ ਆ ਹੈਨਾ ਹੋਰ ਕੀ ਵੀਓ ਕੀ ਆ ਕੀ ਆ ਯਾਰ ਉਹ ਕਿਊਟ ਬੜੀ ਆ ਜਿਹੜੀ ਪਟਰੀ ਆ ਨਾ ਉਹਦੀ ਲੈ ਸੱਚੀ ਯਾਰ ਉਹਦੀ ਪਟਰੀ ਵੀ ਕਿਊਟ ਆ ਪਟਰੀ ਜਿਹੜੀ ਹੈਗੀ ਨਾ ਏਡੀ ਏਡੀ ਕਿੰਨੂ ਇਹ ਕਿੱਦਾਂ ਦੱਸਾਂ ਯਾਰ ਇੱਥੋਂ ਲੈ ਕੇ ਇੱਥੋਂ ਤੱਕ ਪਤਾ ਕਿੱਡੇ ਕਿਊਟ ਆ ਆ ਵੇਖੋ ਆ ਟ੍ਰੇਨ ਵੀ ਬੜੀ ਕਿਊਟ ਨਹੀਂ ਆ ਵੇਖੋ ਚਲੋ ਵੇਖੋ ਸਾਰੇ ਏ ਆ ਗਈ ਆ ਗਈ 1 2 3 ਇੰਨੀ ਕਿਊਟ ਪਟਰੀ ਨਾਲ ਕਿਊਟ ਟ੍ਰੇਨ ਆ ਜਾ ਓ ਕਿਊਟ ਕਿਊਟ ਜੀ ਟ੍ਰੇਨ ਆ ਵੀ ਕੇ ਲੰਮਕਾਰ ਤੇ ਜਾ ਜਾਗੇ ਜਾਓ ਚਲੋ ਗੱਡੀ ਕਿੰਨੇ ਚਲਾਉਣੀ ਬਾਈ ਡਾਈ ਮਾਰ ਕੇ ਲੰਮਾ ਮਾਰ ਕੇ ਨਾ ਚਲਾਉਣੀ ਆਵੇ ਤੇ ਨਾ ਹਾਂ ਅੱਜ ਚਲਾ ਦਈਏ ਗੱਡੀ ਉੱਪਰ ਲਾ ਦਿੰਦੇ ਟ੍ਰੇਨ ਦੇ ਟੋਚਨ ਪਾ ਲੈਂਦੇ ਨਹੀਂ ਤੇ ਠੀਕ ਹੈ ਡਨ ਯਾਰ ਫਾਟਕ ਹੀ ਨਹੀਂ ਖੁੱਲਣ ਦਿਆ ਯਾਰ ਕੀ ਆ ਖੁੱਲ ਗਿਆ ਹੌਲੀ ਹੌਲੀ ਕਿੰਨੇ ਹੌਲੀ ਜਾਓ ਤਾਂ ਕੀ ਕਾਲੀ ਪਈ ਹੈ ਜਾਣ ਦੀ ਅੱਛਾ ਇਹ ਤੁਹਾਡਾ ਕਿੰਨਾ ਟੂਰ ਆ ਮਤਲਬ ਕਿੰਨੀ ਵਾਰੀ ਆ ਚੁੱਕਿਆ ਪਹਿਲਾਂ ਮੈਂ ਆ ਚੁੱਕਿਆ ਇੱਥੇ ਆ ਫੜ ਲਓ ਮੇਰਾ ਵੈਸੇ ਪਤਾ ਨੀ ਯਾਰ ਜਿਆਦਾ ਤੋਂ ਜਿਆਦਾ 50 ਮੇਰੇ ਲਈ ਬਿਲਕੁਲ ਨਿਊ ਪਲੇਸ ਆ ਸਾਰਾ ਕੁਝ ਨਵਾਂ ਆ ਟ੍ਰੈਕਿੰਗ ਕਰਨੀ ਆ ਫॉर द ਵੈਰੀ ਫਰਸਟ ਟਾਈਮ ਮੈਂ ਐਕਸਾਈਟਿਡ ਹੈਗਾ ਆ ਕਿਉਂਕਿ ਆਪਾਂ ਜਦੋਂ ਵੀ ਮੈਂ ਗਿਆ ਨਾ ਇੱਥੇ ਮੈਂ ਪਤਾ ਕਿੱਦਾਂ ਗਿਆ ਇੱਥੇ ਮਤਲਬ ਕਿ ਆਪਾਂ ਰਾਤੀ ਤੁਰੇ ਹਾਂ ਠੀਕ ਆ ਸਵੇਰੇ ਘੁੰਮੇ ਔਰ ਰਾਤੀ ਫੇਰ ਵਾਪਸ ਆ ਗਏ ਓਕੇ ਜ਼ਿਆਦਾ ਕੁਝ ਦੇਖ ਨਹੀਂ ਪਾਏ ਮਤਲਬ ਬਸ ਜਿੰਨੂੰ ਕਹਿੰਦੇ ਹੱਥ ਲਾ ਕੇ ਆਣਾ ਜਾਣ ਆਣ ਚ ਹੀ ਰਿਹਾ ਬਸ ਜਾਣ ਆਣ ਚ ਰਹਿ ਗਿਆ ਬਸ ਸਹੀ ਗੱਲ ਆ ਜਾਈਦਾ ਆ ਹੱਥ ਲਾ ਕੇ ਵਾਪਸ ਤੇ ਫੇਰ ਕੀ ਤੇ ਜਾਣਾ ਕਿਉਂ ਇੰਨਾ ਟਰੈਵਲ ਵੀ ਕਰਨਾ ਜੇ ਕੁਝ ਕਰਨਾ ਹੀ ਨਹੀਂ ਫਿਰ ਕੀ ਫਾਇਦਾ ਤੁਹਾਡਾ ਬਾਈਕ ਓ ਮਾਈ ਗੋਡ ਰਸਤੇ ਦੀ ਵਾਈਬ ਲੈਣੀ ਰਸਤਾ ਦਿਖਾਓ ਯਾਰ ਰਸਤਾ ਕਿੱਡਾ ਸੋਹਣਾ ਆ ਯੈਸ ਮੇਰਾ ਦਿਲ ਕਰੇ ਤੇ ਮੈਂ ਰੋਜ਼ ਇੱਥੇ ਸੈਰ ਕਰਨਾ ਵਾ
पहुंच गए थे आप अपनी लोकेशन पे, तो रिवील कर दिए, बोलो कर दिए रिवील, कर दो होंते कहीं दिखाई दो यार, मे बी आईडिया हो ही जाए सामने दिखाई दो। सो पहुंच गए थे आप भासू, बहुत ही बढ़िया मौसम है इत्थे, धूप थोड़ी ज्यादा है पर फिर भी अमृतसर नालों ते बहुत बढ़िया वेदर है, ठीक लगता पे पार्किंग लभदे हुण इत्थे, अगे पार्किंग ही नहीं मिली सानू इत्थे, बंदा कहिंदा अगे जाओ। फाइनली पहुंच गए थे आप वासू, चार घंटे की ड्राइव तो बाद, तो बहुत ज़्यादा नींद आ रही आप ब्लॉग करना आ सुता तक के, तो आप जाना आ भाई जी ये वाटरफॉल देखता पैना तुहानू उत्थे जाना आ, ठीक आ की होया तुरे नहीं जान दिया, चलो चलो हाल तो अद्धा भी नहीं पहुंचे आप पहला ही थक गए जे, ओए होए कलाउड चेक करो उपर किड्डे सोहने कलाउड आ, बहुत सोहने कलाउड आ, थक गए यार, थक तो गए बट वर्थ इट वर्थ इट आ, हाल तो 5 मिनट नहीं तुरे, हाल तो आप जाना धर्मकोट, केड़ा कहिंदा सी कर लूगा मैं सी। गौर से देखो इंसान को, यही बोल रहे थे हम कर रहे हैं आजो 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 आजो, चलो 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 हाँ फास्ट यार, इदा का मौसम रवे ना फिर मजा आया, फिर नहीं कोई इशू, फिर जिन्ना मर्जी तरा लो अद्धा धुप चूस लैंदी हुण बंदा की करे। फाइनली इन्नी इन्ना रस्ता तय करके आपां पहुंचे आ, छोटा जिहा पिद्दू सा इत्तू सा, इहनू कहिंदे आ भासू वाटरफॉल, हाँ इहनू दूरों लोकी देखण आंदे आ, साडे वर्गे होर किद्दां दा फील कर रहे हो इहनू देख के, बहुत पीस आ, बहुत वधिया आ, नहीं लेकिन पीस पीस इन्होंने मार दिया सारा, ये पीस जनता ने मार दिया, नहीं नहीं जनता ने कुछ नहीं किया, मतलब कि पानी हाले बहुत घट आ, बरसात के मौसम से ज़्यादा होंगे आ वाटरफॉल से, हाले बहुत घट आ, हाले थले भी तुम देख सकते हो, थले भी इन्ना तेज पानी नहीं है, प्रैशर इन्ना तेज नहीं है पानी का, तो चलो रोकते हैं इतने थोड़ी देर, तो रील्स बनाते हैं तो फोटोज क्लिक करते हैं, बाकी उन्नी देर तुम इतों के व्यू रोल करो इंजॉय। वॉटरफॉल तो फ्री हो चुके हैं आप, हूँ जा रहे आप शिवा कैफे जो कि फासू बिल्कुल टॉप पे आ, शिवा कैफे भी पहुँच चुके हैं आप, तुम देख सकते हो मेरे पीछे शिवा कैफे, इतों की वाइब इन्नी अमेजिंग आना, इतने आके मेरी सारी थकावट उतर गई, इन्ना आप चल के आए थले हो, इतने आके थोड़ा जहा रिलैक्स किया, पढ़ो खाओ खाओ मैडम, नवा बिजनेस चालू किया तुसी? हां जी मरूद दा। अच्छा जी, सो की पाल की पाल है? 220 ओ बॉस ने ਤੁਹਾਡੇ 220 किलो ओ बॉस ने ਤੁਹਾਡੇ हां जी सिखरी भी है ਉਹਨਾਂ ਕੋਲ ਜੇ ਦੋ ਜੇ ਦੋ ਸੋਨਾ ਪਾ
ਫਾਸੂ ਵਾਟਰਫਾਲ ਤੋਂ ਆ ਗਏ ਆ ਨੀਚੇ ਫਾਸੂ ਸੋ ਹੁਣ ਸਮਾਨ ਵਗੈਰਾ ਲੈ ਲਿਆ ਹੁਣ ਜਾ ਰਹੇ ਆਪਾਂ ਉੱਪਰ ਧਰਮਕੋਟ ਸੋ ਅੱਜ ਦੇ ਵਲੋਗ 'ਚ ਬਸ ਇੰਨਾ ਹੀ ਸੋ ਜੇ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਆਪਾਂ ਹੁਣ ਅਗਲੇ ਵਲੋਗ 'ਚ